ਨਹੀਂ ਤੇਰੀ ਮਾਂ ਬੋਲੀ ਆ ਬੀਬਾ, ਨਹੀਂ ਤੇਰੀ ਮਾਂ ਬੋਲੀ ਆ ਬੀਬਾ, ਕੱਖਾਂ ਵਾਂਗ ਨਾ ਰੋਲ ਪੰਜਾਬੀ, ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰ ਤਮੰਦਾ ਬੋਲ ਪੰਜਾਬੀ। ਅਗਰ ਕਿਸੇ ਸ਼ਾਇਰ ਨੂੰ ਕਹੀਏ ਉਹ ਪੇਂਟਰ ਨਾ ਹੋਵੇ ਤਾਂ ਉਹਨੂੰ ਕਹੀਏ ਕਿ ਤੂੰ ਵੈਸੇ ਹੱਥਾਂ ਕੋਈ ਤਸਵੀਰ ਬਣਾ, ਅਤੇ ਜਦੋਂ ਉਹ ਤਸਵੀਰ ਬਣਾਊਗਾ ਤਾਂ ਉਹ ਤਸਵੀਰ ਮੈਨੂੰ ਲੱਗਦਾ ਹੈ ਕਿ ਬਿਲਕੁਲ ਉਹੀ ਤਸਵੀਰ ਬਣੂਗੀ ਜੋ ਮੇਰੇ ਨਾਲ ਸਰਮੌੜ ਹਸਤੀ ਖੜ੍ਹੇ ਨੇ ਸੁਰਜੀਤ ਪਾਤਰ ਜੀ। ਤਾਂ ਪੰਜਾਬੀ ਮਾਂ ਬੋਲੀ ਜੇ ਤਸਵੀਰ ਕਹੀਏ ਤਾਂ ਉਹ ਬਿਲਕੁਲ ਉਹੀ ਮੇਰੇ ਸਾਹਮਣੇ ਖੜ੍ਹੇ ਨੇ ਸੁਰਜੀਤ ਪਾਤਰ ਜੀ। ਉਹਨਾਂ ਨਾਲ ਇੱਕ ਦੋ ਗੱਲਾਂ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਪੰਜਾਬ ਦੀ ਸਰਮੌੜ ਹਸਤੀ ਜੇ, ਅਤੇ ਅਗਰ ਅਸੀਂ ਇਹ ਚਾਹੀਏ ਕਿ ਇਹੋ ਜਿਹੇ ਪ੍ਰੋਗਰਾਮ ਹੁੰਦੇ ਸ਼ਹਿਰਾਂ ਵਿੱਚ ਜਿਹੜੇ ਉਤਸਵ ਆ ਸਾਡੇ ਸਾਹਿਤ ਉਤਸਵ ਹੁੰਦਾ ਆ, ਕਦੀ ਇਹ ਜ਼ਿੰਦਗੀ 'ਚ ਹੋਊਗਾ ਕਿ ਇਹ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਚੀਜ਼ਾਂ ਵੇਖਣ ਨੂੰ ਮਿਲਣਗੀਆਂ ਜਾਂ ਸੁਣਨ ਨੂੰ ਲੋਕਾਂ ਨੂੰ ਮਿਲਣਗੀਆਂ ਇਹੋ ਜਿਹੀ? ਜੀ ਜੀ, ਇਹ ਆ ਇਸ ਤਰ੍ਹਾਂ ਕਿ ਹੁਣ ਤਾਂ ਕਈ ਜਗ੍ਹਾ ਸਿਹਤ ਸੇਵਾਵਾਂ ਪਿੰਡਾਂ ਥਾਈਂ ਬਣੀਆਂ ਹੋਈਆਂ ਜੀ, ਤੋ ਅਸੀਂ ਜਾਣੀ ਪੰਜਾਬ ਕਲਾ ਪਰਿਸ਼ਦ ਵੱਲੋਂ ਇੱਦਾਂ ਯਤਨ ਕੀਤੇ ਜੀ ਕੁਛ, ਜਿਸ ਤਰ੍ਹਾਂ ਅਸੀਂ ਸਭ ਤੋਂ ਪਹਿਲਾਂ ਜਿਹੜਾ ਜਦੋਂ ਮੈਂ ਇਹਦਾ ਚੇਅਰਪਰਸਨ ਬਣਿਆ ਤਾਂ ਸਭ ਤੋਂ ਪਹਿਲਾਂ ਫੰਕਸ਼ਨ ਅਸੀਂ ਜਾ ਕੇ ਲੋਪੋ ਕੇ ਕੀਤਾ ਜੀ, ਜਿਹੜਾ ਕਿ ਧਨੀ ਰਾਮ ਚਾਤਰਕ ਜੀ ਦਾ ਪਿੰਡ ਜੀ। ਫਿਰ ਅਸੀਂ ਢੁੱਡੀ ਕੇ ਜਾ ਕੇ ਕਮਲ ਸਾਹਿਬ ਨੂੰ ਸੰਬੰਧ ਕੀਤਾ ਜੀ। ਇੱਦਾਂ ਹੀ ਅਸੀਂ ਫੱਤੂ ਚੱਕ ਜਾ ਕੇ ਢਿਲਮਾ ਜਾ ਕੇ ਹਰਭਜਨ ਹੁੰਦਲ ਨੂੰ। ਤਾਂ ਸਾਡੀ ਇੱਛਾ ਰਹੀ ਹੈ ਮੇਰੀ ਖਾਸ ਤੌਰ 'ਤੇ ਕਿ ਅਸੀਂ ਇੱਕ ਤਾਂ ਜਿਹੜੇ ਸਾਡੇ ਕਾਲਜ ਅਤੇ ਸਕੂਲ ਨੇ ਉਹ ਸਾਡੀ ਅਗਲੀ ਜਨਰੇਸ਼ਨ ਆ, ਅਗਲੀ ਪੁਸ਼ਤ ਹੈ ਸਾਡੀ ਜੀ, ਉੱਥੇ ਜ਼ਰੂਰ ਜਾਈਏ। ਜਿਵੇਂ ਅੱਜ ਵੀ ਇਸ ਕਾਲਜ 'ਚ ਕਰਨ ਦਾ ਮਤਲਬ ਇਹ ਕਿ ਬੱਚੇ ਇਹਨਾਂ ਨੂੰ ਸੁਣਨ ਜੀ। ਤੋਂ ਪਿੰਡਾਂ ਵਿੱਚ ਵੀ ਕਾਫੀ ਪ੍ਰੋਗਰਾਮ ਅਸੀਂ 5-7 ਕੀਤੇ ਆ ਜੀ, ਪਰ ਇਹ ਸ਼ਾਇਦ ਤੁਹਾਡੀ ਜਿਵੇਂ ਤੁਹਾਡੀ ਇੱਛਾ ਹੈ ਕਿ ਹੋਰ ਜ਼ਿਆਦਾ ਹੋਣੇ ਚਾਹੀਦੇ ਆ, ਔਰ ਹੋਰ ਇਹਨਾਂ ਨੂੰ ਇੱਕ ਰੂਪ ਰੇਖਾ ਐਸੀ ਦਿੱਤੀ ਜਾਵੇਗੀ ਜਿੱਥੇ ਵੱਧ ਤੋਂ ਵੱਧ ਲੋਕ। ਸਰ, ਤੁਹਾਡਾ ਨਿੱਘਾ ਇੱਕ ਸਵਾਲ ਹੋਰ ਰਹੂਗਾ ਸਰ, ਕੀ ਇਹ ਮਾਂ ਬੋਲੀ ਜਿੱਥੇ ਤੁਹਾਡੇ ਕੋਲ ਸੁਣਦੇ ਨਹੀਂ, ਇੰਨੇ ਸੰਘਰਸ਼ ਚੱਲ ਰਿਹਾ, ਕੀ ਇਹ ਕਦੀ ਕੋਰਟਾਂ ਕਚਹਿਰੀਆਂ ਦੇ ਵਿੱਚ ਜਾਂ ਬੈਂਕਾਂ ਦੇ ਵਿੱਚ ਵੀ ਇਹ ਵੇਖਣ ਨੂੰ ਮਿਲੂਗੀ? ਦੇਖੋ, ਹੁਣ ਥੋੜ੍ਹੀ ਜਿਹੀ ਇੱਦਾਂ ਤਬਦੀਲੀ ਮੈਂ ਦੇਖ ਰਿਹਾ ਕਿ ਜਿਵੇਂ ਹੁਣ ਪਿਛਲੇ ਦਿਨ ਸਰਕਾਰ ਨੇ ਕਿਹਾ ਕਿ ਅਸੀਂ ਜਿਹੜੇ ਸਾਈਨ ਬੋਰਡ ਆ ਉਹਨਾਂ 'ਤੇ ਅਸੀਂ ਪੰਜਾਬੀ, ਯਾਨੀ ਕਿ ਉੱਪਰ ਪੰਜਾਬੀ ਹੋਵੇ, ਥੱਲੇ ਦੂਸਰੀਆਂ ਭਾਸ਼ਾਵਾਂ ਹੋਣ ਜੀ। ਸੋ ਉਹ ਇੱਕ ਚੰਗਾ, ਮੈਨੂੰ ਖੁਸ਼ੀ ਵਾਲਾ ਆਸ ਪੂਰਨ ਫੈਸਲਾ ਲੱਗਾ ਜੀ। ਦੂਜਾ ਇਹ ਸੀਗਾ ਕਿ ਪ੍ਰਾਈਵੇਟ ਜਿਹੜੇ ਸਕੂਲ ਆ ਉਹਨਾਂ ਵਿੱਚ ਵੀ ਪੰਜਾਬੀ ਜਿਹੜੀ ਆ 10ਵੀਂ ਤੱਕ ਲਾਜ਼ਮੀ ਹੋਵੇ ਜੀ, ਕਿ ਉਹ ਆਪਸ਼ਨਲ ਨਾ ਹੋ ਕੇ ਲਾਜ਼ਮੀ ਹੋਵੇ। ਸੋ ਉਹ ਇੱਕ ਫੈਸਲਾ ਸੀ, ਔਰ ਅਸੀਂ ਹਮੇਸ਼ਾ ਯਤਨ ਕਰਦੇ ਹਾਂ ਕਿ ਬਹੁਤ ਵੱਡੀ ਗੱਲ ਆ ਕਿ ਜਿਹਨੂੰ ਆਪਾਂ ਕਹਿੰਦੇ ਕਿ ਵੀ ਜਿਹੜਾ ਸਾਡਾ ਹਾਕਮ ਆ ਅਤੇ ਮਹਿਕੂਮ ਆ ਜੀ, ਉਹਦੀ ਬੋਲੀ ਇੱਕ ਹੋਵੇ ਜੀ। ਕਿਉਂਕਿ ਆਮ ਤੌਰ 'ਤੇ ਆ ਕਿ ਹਾਕਮ ਹੋਰ ਬੋਲੀ ਬੋਲਦਾ ਅਤੇ ਮਹਿਕੂਮ ਜਾਂ ਪਰਜਾ ਹੋਰ ਬੋਲੀ ਬੋਲਦੀ ਆ, ਤਾਂ ਇਹ ਆਪਣੇ ਆਪ 'ਚ ਹੀ ਲੋਕ ਰਾਜ ਦੀ ਤੌਹੀਨ ਆ ਜੀ। ਸੋ ਇਹ ਵੀ ਬਹੁਤ ਜ਼ਰੂਰੀ ਆ, ਉਹਨੂੰ ਇਹਦੇ ਲਈ ਵੀ ਅਸੀਂ ਹੋਰ ਕੋਸ਼ਿਸ਼ ਕਰਾਂਗੇ, ਸਾਡੀਆਂ ਸੰਸਥਾਵਾਂ ਵੀ ਕੋਸ਼ਿਸ਼ ਕਰਨਗੀਆਂ, ਅਸੀਂ ਨਿੱਜੀ ਤੌਰ 'ਤੇ ਵੀ ਜ਼ਰੂਰ ਕੋਸ਼ਿਸ਼ ਕਰਾਂਗੇ। ਸਰ, ਪੰਜਾਬੀ ਮਾਮਲੇ ਦਾ ਛੋਟਾ ਸਵਾਲ ਹੈ, ਜੇ ਨਵੇਂ ਸ਼ਹਿਰ ਆਉਂਦੇ ਆ ਜਾਂ ਨਵੇਂ ਆਰਟਿਸਟ ਆਉਂਦੇ ਆ, ਕਿ ਉਹਨਾਂ ਵਾਸਤੇ ਵੀ ਸਾਡੀਆਂ ਇਹ ਸੰਸਥਾਵਾਂ ਕੁਛ ਉਪਰਾਲੇ ਕਰਦੀਆਂ ਉਹਨਾਂ ਨੂੰ ਉੱਪਰ ਲਿਆਉਣ ਦੇ ਵਿੱਚ? ਅਸੀਂ ਦੇਖੋ ਕੁਛ ਤਾਂ ਇੱਦਾਂ ਅਸੀਂ ਕਰਦੇ ਹਾਂ ਕਿ ਅਸੀਂ ਵਿਦਿਆਰਥੀ ਸਾਹਿਤਕਾਰ ਉਤਸਵ ਕਰਦੇ ਹਾਂ ਜੀ। ਅਸੀਂ ਖਾਲਸਾ ਕਾਲਜ ਅੰਮ੍ਰਿਤਸਰ ਪਿਛਲੇ ਸਾਲ ਦਾ ਕੀਤਾ, ਕੁਝ ਵਿਦਿਆਰਥੀ ਸਾਹਿਤਕਾਰ ਹੀ ਸ਼ਾਮਲ ਹੋਣ, ਜਾਂ ਅਸੀਂ ਹੁਣ ਔਨਲਾਈਨ ਇੱਕ ਕੰਪੀਟੀਸ਼ਨ ਕੀਤਾ ਕਵਿਤਾ ਦਾ ਜੀ, ਕਿ ਅਸੀਂ ਕਾਲਜਾਂ ਨੂੰ ਸੁਨੇਹੇ ਭੇਜੇ ਜੀ, ਉਚੇਰੀ ਸਿੱਖਿਆ ਵਿਭਾਗ ਨਾਲ ਮਿਲ ਕੇ ਜੀ, ਕਿ ਤੁਹਾਡੇ ਬੱਚੇ ਸਾਨੂੰ ਈਮੇਲ ਕਰਨਗੇ ਕਵਿਤਾਵਾਂ ਜੀ, ਔਰ ਉਹਦੇ 'ਚ 85 ਸਾਡੇ ਕੋਲ ਬੱਚਿਆਂ ਨੇ ਪਾਰਟੀਸਪੇਟ ਕੀਤਾ ਜੀ, ਔਰ ਫਿਰ ਉਹਨਾਂ 'ਚੋਂ 5 ਬੱਚਿਆਂ ਨੂੰ ਅਸੀਂ ਇਨਾਮ ਦਿੱਤੇ। ਸੋ ਉਸ ਰਾਹੀਂ ਵੀ ਅਸੀਂ ਇਹਨੂੰ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਹੁਤ ਧੰਨਵਾਦ ਜੀ।
ਮੈਂ ਰਾਹਾਂ ਤੇਰੇ ਤੁਰਦਾ ਮੈਂ ਚੱਲਦਾ ਹਾਂ ਤਾਂ ਰਾਹ ਬਣਦੇ ਨੇ। ਤੁਸੀਂ ਵੇਖਿਆ ਕਿ ਮੇਰੇ ਨਾਲ ਪੰਜਾਬ ਦੀ ਸਰਮੌੜ ਹਸਤੀ ਜੋ ਸੁਰਜੀਤ ਪਾਤਰ ਜੀ ਗੱਲ ਕਰ ਰਹੇ ਨੇ, ਉਹਨਾਂ ਨਾਲ ਅਸੀਂ ਪੰਜਾਬ ਦੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਆਰਟਿਸਟ ਨਵੇਂ ਸ਼ਾਇਰ ਆਉਣਗੇ ਉਹਨਾਂ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਆਇਆ ਜਾਵੇ ਜਾਂ ਉਹਨਾਂ ਵਾਸਤੇ ਸਤਾਵਾਂ ਕੁਛ ਮਦਦ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ। ਕੁਛ ਲਿਸ਼ਕ ਬਰਸ ਤੇਰੇ ਵਾਰੀ ਘੋਲੀ ਜਾਵਾਂ, ਤੂੰ ਵੀ ਤਾਂ ਕੁਛ ਬੋਲ ਕੇ ਬਸ ਹੁਣ ਮੈਂ ਹੀ ਬੋਲੀ ਜਾਵਾਂ। ਗਰਜ ਗੜਕ ਕੁਛ ਲਿਸ਼ਕ ਬਰਸ ਤੇਰੇ ਵਾਰੀ ਭੋਲੀ ਜਾਵਾਂ, ਤੂੰ ਵੀ ਤਾਂ ਕੁਛ ਬੋਲ ਕੇ ਬਸ ਹੁਣ ਮੈਂ ਹੀ ਬੋਲੀ ਜਾਵਾਂ। ਕੁਝ ਤਾਂ ਦੇ ਦਰਵਾਸ ਕਿ ਤੂੰ ਵੀ ਸੁਣਦਾ ਹੈ ਕਵਿਤਾਵਾਂ, ਜਾਂ ਕਿ ਮੇਰੀ ਬੋਲੀ ਹੀ ਹੈ ਤੇਰੀ ਸਮਝੋਂ ਬਾਤ। ਮੈਨੂੰ ਲੱਗਦਾ ਬੋਲੀ ਦਾ ਨਹੀਂ ਕੋਈ ਮਸਲਾ ਹੋਣਾ, ਦਿਲ ਵਿੱਚ ਵੱਸਦਾ ਏ ਤਾਂ ਫਿਰ ਤੂੰ ਖੂਬ ਸਮਝਦਾ ਹੋਣਾ। ਮੇਰੇ ਨਾਲ ਹੀ ਮੇਰੀ ਮਾਂ ਬੋਲੀ ਵੀ ਸਿੱਖ ਗਿਆ ਹੋਣਾ, ਹੋ ਗਿਆ ਹੋਣਾ ਤੈਨੂੰ ਵੀ ਮੇਰੀ ਅੰਬੜੀ ਨਾਲ ਪਿਆਰ। ਹੇ ਕਬੀਰ ਦੇ ਅਬੁਲ ਅੱਲਾ, ਹੇ ਬੁੱਲੇ ਦੇ ਯਾਰ ਕਹਾਰ। ਔਰ ਦੇ ਆਖਰੀ ਦੋ ਬੰਦ ਹੈ, ਇੱਕ ਗੱਲ ਦੱਸ ਜੋ ਤੈਨੂੰ ਇੱਕ ਦਿਨ ਸਵਾਲ ਸੀ ਨਾਨਕ ਪਾਇਆ, ਇੱਤੀ ਮਾਰ ਪਈ ਗੁਰਲਾਣੇ ਤੈਂ ਕੀ ਦਰਦ ਨਾ ਆਇਆ, ਤੈਂ ਜੀ ਫਿਰ ਕੋਈ ਉੱਤਰ ਦਿੱਤਾ, ਤੈਂ ਜੀ ਕੁਛ ਫਰਮਾਇਆ, ਜਾਂ ਹਾਲੇ ਉਹ ਪ੍ਰਸ਼ਨ ਹੈ ਖੁੱਭਿਆ ਨਵ ਸੀਨੇ ਵਿਚਕਾਰ। ਹੇ ਕਬੀਰ ਦੇ ਅਬੁਲ ਅੱਲਾ, ਹੇ ਨਾਨਕ ਦੇ ਸਤ ਕਰਤਾਰ, ਹੇ ਫਰੀਦ ਦੇ ਡਾਢੇ ਰੱਬ ਜੀ, ਹੇ ਬੁੱਲੇ ਦੇ ਯਾਰ। ਸੋ ਆਖਰੀ ਦੂਜੀ ਛੋਟੀ ਨਗਮ ਹੈ, ਬੁੱਲੇ ਸ਼ਾਹ ਦੀ ਤਫਤੀਸ਼ ਦੇ ਨਾਂ ਥੱਲੇ ਵੀ ਇਹ ਚੱਪੀ ਆ ਕਿ ਜਦ ਉਹਨਾਂ ਬੁੱਲੇ ਨੂੰ ਪੁੱਛਿਆ, ਬੁੱਲਾ ਕਹਿੰਦਾ ਕੀ ਜਾਣਾ ਮੈਂ ਕੌਣ, ਨਾ ਮੈਂ ਮੋਮਨ ਵਿੱਚ ਮਸੀਤਾਂ, ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ, ਨਾ ਮੈਂ ਪਾਕਾਂ ਵਿੱਚ ਪਲੀਤਾਂ, ਨਾ ਮੈਂ ਮੂਸਾ ਨਾ ਫਰਿਓਨ, ਕੀ ਜਾਣਾ ਮੈਂ ਕੌਣ। ਮੈਂ ਜਦ ਸਬਕ ਇਸ਼ਕ ਦਾ ਪੜਿਆ, ਮਸਜਿਦ ਕੋਲੋਂ ਜੂੜਾ ਡਰਿਆ, ਭੱਜ ਭੱਜ ਠਾਕਰ ਦੁਆਰੇ ਵੜਿਆ, ਲੋਕੀ ਕਹਿਣ ਖੜਾ ਹੈ ਕੌਣ, ਕੀ ਜਾਣਾ ਮੈਂ ਕੌਣ। ਜੋ ਮਰਜ਼ੀ ਆਖੀ ਜਾਂ ਬੁੱਲਿਆ, ਸਾਥੋਂ ਤੇਰਾ ਕੁਛ ਨਹੀਂ ਭੁੱਲਿਆ, ਤੇਰਾ ਅਸਲ ਨਾਮ ਅਬਦੁੱਲਾ, ਲੁਕਣ ਛਿਪਣ ਨੂੰ ਬਣ ਗਿਆ ਬੁੱਲਾ। ਉੱਚ ਸ਼ਰੀਫ 'ਚ ਜੰਮਿਆ ਸੀ ਤੂੰ ਸੈਯਦ ਤੇਰੀ ਜਾਤ, ਸ਼ਾਹ ਅਨਾਇਤ ਰਾਈਂ ਤੇਰਾ ਮੁਰਸ਼ਦ, ਭੇਦ ਹੈ ਸਾਨੂੰ ਤੂੰ ਹੈ ਕੌਣ। ਬਸ ਇਹੋ ਹੀ ਭੇਦ ਨਹੀਂ ਲੱਗਿਆ, ਤੂੰ ਇੱਧਰ ਕਿੱਦਾਂ ਆ ਵਸਿਆ ਲੋਕਾਂ ਦਿਆਂ ਦਿਲਾਂ ਦੇ ਅੰਦਰ। ਬਸ ਇਹੋ ਹੀ ਭੇਦ ਨਹੀਂ ਲੱਗਿਆ, ਤੂੰ ਇੱਧਰ ਕਿੱਦਾਂ ਆ ਵਸਿਆ ਲੋਕਾਂ ਦਿਆਂ ਦਿਲਾਂ ਦੇ ਅੰਦਰ। ਸਾਨੂੰ ਸ਼ੱਕ ਹੈ ਸਾਜ਼ਾਂ ਦੀਆਂ ਸੁਰਾਂ ਵਿੱਚ ਰਲ ਕੇ, ਗਾਇਕਾਂ ਦੇ ਬੋਲਾਂ ਦੇ ਅੰਦਰ ਲੁਕਦਾ ਛਿਪਦਾ ਆ ਗਿਆ ਹੋਣਾ। ਕੁਝ ਵੀ ਹੈ ਪਰ ਹੁਣ ਗੱਲ ਇਹ ਹੈ, ਸਾਨੂੰ ਚਾਹੀਦੇ ਕਾਗਜ਼ਾਤ। ਕੁਝ ਵੀ ਹੈ ਪਰ ਹੁਣ ਗੱਲ ਇਹ ਹੈ, ਸਾਨੂੰ ਚਾਹੀਦੇ ਕਾਗਜ਼ਾਤ। ਇਹ ਲਓ ਇਹ ਕੁਝ ਦੋਹੇ ਨੇ, ਬੁੱਲਾ ਕਹਿੰਦਾ, ਇਹ ਲਓ ਇਹ ਕੁਝ ਦੋਹੇ ਨੇ, ਕੁਝ ਕਾਫੀਆਂ ਨੇ ਸੀ ਹਰਫੀਆਂ ਨੇ ਸਤਵਾਰਾ ਹੈ। ਹਾਂ ਇਹ ਵੀ ਸਾਨੂੰ ਚਾਹੀਦੇ, ਕੋਈ ਉੱਚ ਕਮੇਟੀ ਬੈਠੇਗੀ, ਕੋਈ ਚੀਰ ਫਾੜ ਕਰ ਦੇਖੇਗੀ, ਪਰਖੇਗੀ ਇਹਨਾਂ ਦਾ ਹਰਫ ਹਰਫ, ਨਿਰਖੇਗੀ ਇਹਨਾਂ ਦਾ ਵਾਕ ਵਾਕ, ਸੁੰਘ ਕੇ ਦੇਖੇਗੀ ਕਾਫੀਆਂ ਨੂੰ। ਪਰ ਉਹ ਵੀ ਸਾਨੂੰ ਚਾਹੀਦੇ, ਕੋਈ ਸਨਦ ਫਰਦ, ਕੋਈ ਬੈਨਾਮਾ, ਕੋਈ ਖਸਰਾ ਨੰਬਰ, ਇੰਤਕਾਲ, ਕੋਈ ਰਾਹਦਾਰੀ, ਕੋਈ ਵਾਲਦੀਅਤ, ਉਹਨਾਂ ਤੋਂ ਹੀ ਨਿਰਣਾ ਹੋਵੇਗਾ ਕਿ ਕੀ ਹੈ ਸਟੇਟਸ, ਕੀ ਰੁਤਬਾ। ਉਹਨਾਂ ਤੋਂ ਹੀ ਨਿਰਣਾ ਹੋਵੇਗਾ, ਲੋਕਾਂ ਦੇ ਦਿਲਾਂ ਵਿੱਚ ਵੱਸਦੇ ਹੋ,
ਤਾਂ ਵਸਦੇ ਹੋ ਕਿਸ ਹੈਸੀਅਤ ਵਿੱਚ, ਵਸਦੇ ਹੋ ਕਿਸ ਹੈਸੀਅਤ ਵਿੱਚ, ਮਸ਼ਕੂਕ ਨਾਗਰਿਕ ਹੋ ਜਾਂ ਕਿ ਕੁਛ ਪੈਟੀਏ ਹੋ ਜਾਂ ਰਿਫਿਊਜੀ, ਉਹਨਾਂ ਤੋਂ ਹੀ ਨਿਰਣਾ ਹੋਵੇਗਾ ਕਿ ਲੋਕ ਦਿਲਾਂ ਵਿੱਚ ਵਸਦੇ ਹੋ ਤਾਂ ਵਸਦੇ ਹੋ ਕਿਸ ਹੈਸੀਅਤ। ਹਰਿੰਦਰ ਵੇਰਕਾ ਦੇ ਨਾਲ ਮੈਂ ਵਜ਼ੀਰ ਮੋਦਲ, ਆਵਾਜ਼ੇ ਕੌਮ ਟੀਵੀ, ਅੰਮ੍ਰਿਤਸਰ, ਖਾਲਸਾ ਕਾਲਜ ਫਾਰ ਵੁਮੈਨ।